ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਸਿੰਘ ਲਾਈਫ ਸਟਾਈਲ ਨਿਊਜ਼ੀਲੈਂਡ ਦੇ ਵਿੱਚ। ਅੱਜ ਆਪਾਂ ਜੀ ਜਾ ਰਹੇ ਹਾਂ ਜੀ ਗੁਰੂ ਘਰ, ਇੱਥੇ ਮੋਂਟਰੀਅਲ ਦੇ ਵਿੱਚ। ਸੋਚਿਆ ਗੁਰੂ ਘਰ ਵੀ ਜਾ ਕੇ ਆਈਏ ਅਤੇ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਨਿਊਜ਼ੀਲੈਂਡ ਵੀ ਤੁਹਾਨੂੰ ਮੈਂ ਆਲਰੇਡੀ ਦਰਸ਼ਨ ਕਰਾ ਚੁੱਕਾ ਸੀ, ਜਿਹੜਾ ਟਾਕਣੀ ਗੁਰੂ ਘਰ ਸੀ ਨਾ, ਅਤੇ ਇੱਥੇ ਆਏ ਹਾਂ ਮੋਂਟਰੀਅਲ ਦੇ ਵਿੱਚ। ਇੱਥੇ ਵੀ ਆਪਾਂ ਗੁਰੂ ਘਰ ਜਾ ਕੇ ਆਉਂਦੇ ਹਾਂ ਅਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ। ਅਤੇ ਬਾਕੀ ਆਪਣੇ ਨਾਲ ਆਪਣੇ ਅਪਾਰਟਮੈਂਟ 'ਚ ਮੁੰਡੇ ਵੀ ਜਾ ਰਹੇ ਨੇ, ਇਹ ਤੁਸੀਂ ਪੁਰਾਣੇ ਬਲੋਗ 'ਚ ਦੇਖੇ ਹੋਣੇ ਆ। ਤੇ ਆਹ ਮੁੰਡਾ ਜਿਹੜਾ ਆ ਗੋਲੂ, ਇਹ ਪੱਗ ਨਹੀਂ ਨਹੀਂ ਆਹ ਭਾਜੀ ਹੈਗੇ ਛੋਟਾ ਵੀ ਹੁੰਦਾ ਕਾਲੀਆ। ਤੇ ਚਲੋ ਠੀਕ ਹੈ ਜੀ, ਆਪਾਂ ਗੁਰੂ ਘਰ ਚੱਲਦੇ ਹਾਂ ਅਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਅਤੇ ਬਾਕੀ ਉੱਥੇ ਮਿਲਦੇ ਹਾਂ ਜੀ ਆ ਕੇ। ਚਲੋ ਡਰਾਈਵਰ ਸਾਹਿਬ ਚੱਲੀਏ। ਓਕੇ ਭਾਜੀ। ਯਾਦ ਰੱਖਣਾ ਹੈ ਤੇ ਸਰੀਰ ਦੇ ਪਰ ਪਤਾ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਸਾਜਿਆ ਸੀ ਇੰਨਾ ਉੱਚਾ ਆਚਰਣ ਰੱਖਿਆ ਸੀ। ਕਰਤਾਰੇ ਚਰਕੀ ਪੈਜ ਰੱਖੀ ਕਰਤਾਰ ਹਾਂਜੀ, ਗੁਰੂ ਘਰ ਦੇ ਦਰਸ਼ਨ ਹੋ ਗਏ ਅਤੇ ਮੁੰਡਿਆਂ ਨੇ ਮੱਥਾ ਟੇਕ ਲਿਆ। ਹੁਣ ਆਪਾਂ ਆ ਚੁੱਕੇ ਹਾਂ ਜੀ, ਇਹ ਜਗ੍ਹਾ ਦਾ ਨਾਮ ਹੈਗਾ ਨੋਟਰੇ ਡੈਮ ਅਤੇ ਚਰਚ ਹੈਗਾ ਇੱਥੇ, ਆਹ ਤੁਸੀਂ ਭਾਈ ਵੀ ਦੇਖ ਸਕਦੇ ਹੋ ਕੈਥੋਲਿਕ ਚਰਚ। ਅਤੇ ਹਰਜਿੰਦਰ ਸਾਹਿਬ ਜੀ ਭਾਜੀ ਸਾਨੂੰ ਵੇਰਵਾ ਦੇਣਗੇ, ਵਿਆਖਿਆ ਕਰਨਗੇ ਕਿ ਇਹ ਕਾਹਦੇ ਲਈ ਆ, ਕੀ ਹੁੰਦਾ ਇਸ ਚਰਚ ਦੇ ਵਿੱਚ। ਭਾਜੀ ਪਹਿਲੀ ਗੱਲ ਤਾਂ ਇਹ ਮੈਂ ਕਲੀਅਰ ਕਰ ਦੇਵਾਂ ਕਿ ਮੈਂ ਵੀ ਪਹਿਲੀ ਵਾਰੀ ਜਾ ਰਿਹਾ ਚਰਚ ਦੇ ਅੰਦਰ, ਤਾਂ ਤੀਜਾ ਮੁੰਡਾ ਆਪਾਂ ਭੇਜਿਆ ਹੋਇਆ ਟਿਕਟ ਲੈਣ ਲਈ। ਲੇਜ਼ਰ ਹੈ ਕੁਛ, ਲੇਜ਼ਰ ਨਾਈਟ ਸ਼ੋਅ ਹੈ ਅਤੇ ਆਪਾਂ ਹੁਣ ਦੇਖਾਂਗੇ ਅਤੇ ਅੰਦਰ ਜੇ ਅਲਾਊਡ ਹੋਇਆ ਅਤੇ ਆਪਾਂ ਤੁਹਾਨੂੰ ਅੰਦਰ ਲਈ ਵੀ ਦਿਖਾਵਾਂਗੇ ਕੀ ਹੁੰਦਾ ਉੱਥੇ, ਕੀ ਨਹੀਂ, ਅਤੇ ਕੋਸ਼ਿਸ਼ ਕਰਾਂਗੇ ਬਣਾਉਣ ਦੀ। ਅਤੇ ਠੰਡ ਬਹੁਤ ਹੈ ਜੀ, ਵੀਡੀਓ ਬਣਾਉਣ ਵੇਲੇ ਵੀ ਹੱਥ ਪੂਰੇ ਠਰ ਜਾਂਦੇ ਆ, ਗਲਵਜ਼ ਆਪਾਂ ਲੈ ਕੇ ਅਤੇ ਜਿੰਨਾ ਕੁ ਸ਼ੂਟ ਹੁੰਦਾ ਆ ਉੰਨਾ ਕੁ ਆਪਾਂ ਕਰ ਲਈਦਾ, ਅਤੇ ਕੋਸ਼ਿਸ਼ ਆ ਜਿੰਨਾ ਕੁ ਦਿਖਾ ਸਕੀ ਉੰਨਾ ਕੁ ਦਿਖਾਵਾਂਗੇ। ਅਗਲੀ ਵਾਰ ਵੀ ਇੰਨਾ ਕਰ ਇੰਨੀ ਹੀ ਠੰਡ ਹੋਈ ਤਾਂ, ਇਸ ਵਾਰ ਠੰਡ ਹੈਗੀ ਆ -27, ਪਰ ਚਲੋ ਕੋਈ ਗੱਲ ਨਹੀਂ। ਅਤੇ ਭਰਾ ਨੇ ਆਪਾਂ ਨੂੰ ਜੈਕਟ ਦੇ ਦਿੱਤੀ ਆ, ਇਹ ਹੈਗੀ -40 ਵਾਲੀ ਜੈਕਟ, ਅਤੇ ਇਹਦੇ ਵਿੱਚ ਠੰਡ ਤਾਂ ਲੱਗਦੀ ਪਰ ਹੱਥਾਂ ਦੀ ਬੱਸ ਹੋ ਜਾਂਦੀ ਤਾਂ ਭਾਈ ਟੈਂਪਰੇਰੀ ਆ, ਲੈ ਜਾਣੀ ਮੈਂ ਅਗਲਾ ਟੂਰ ਲੇਕਿਨ ਤੈਨੂੰ ਪਤਾ ਹੀ ਆ ਵਾਰਨਰ ਬ੍ਰਦਰਸ, ਆਪਾਂ ਉੱਥੇ ਵੀ ਜਾਣਾ ਉਹਨਾਂ ਦੇ ਸਟੂਡੀਓ, ਮੇਰੇ ਕਾਲਜ ਦੇ ਨਾਲ ਹੀ ਹੈ ਬਿਲਕੁਲ ਵਾਰਨਰ ਬ੍ਰਦਰਸ ਸਟੂਡੀਓ। ਪੱਕਾ ਤੂੰ ਗੱਪਾ ਬਹੁਤ ਮਾਰਦਾ ਹੁੰਦਾ, ਰਾਤ ਨੂੰ ਵੀ ਇਹ ਰਿਕਾਰਡ 'ਚ ਨਹੀਂ ਜਾਣਾ ਚਾਹੀਦਾ ਆਪਾਂ, ਰਾਤ ਨੂੰ ਵੀ ਇਹ ਨਾ ਇਹ ਕਹਿੰਦਾ ਹੁੰਦਾ ਕਿ ਆਪਾਂ ਸਵੇਰੇ 8 ਵਜੇ ਚੱਲਾਂਗੇ, 8 ਵਜੇ 9 ਵਜੇ ਪੱਕਾ, ਪਰ ਕਰਦਾ 3 ਵਜੇ ਆਉਂਦਾ, ਰਾਤ ਨੂੰ 4-5 ਵਜੇ ਤੱਕ ਤਾਂ ਪਬਜੀ ਖੇਡਦੇ ਰਹਿੰਦੇ ਪੂਰੀ ਮੰਡੀ ਰਹਿੰਦੀ, ਅਤੇ ਉਹ ਤੋਂ ਬਾਅਦ ਸਵੇਰ ਨੂੰ ਉੱਠਦੇ 11-12 ਵਜੇ, ਉਹ ਤੋਂ ਬਾਅਦ ਰੋਟੀ ਪਾਣੀ ਕਰ ਕਰਕੇ 3 ਜਾਂ 4 ਵਜੇ ਘਰ ਨਿਕਲਦੇ। ਕਹਿਣ ਦਾ ਮਤਲਬ ਹੈ ਕਿ ਪਬਜੀ ਨੇ ਬੇੜਾ ਗਰ ਕੀਤਾ ਹੋਇਆ। ਵਾਰਨਰ ਬ੍ਰਦਰਸ ਦਾ ਜਿਹੜਾ ਆਫਿਸ ਹੈਗਾ ਆਪਾਂ ਇਹਨੂੰ ਬਾਹਰੋਂ ਦਰਸ਼ਨ ਕਰਾਵਾਂਗੇ ਕਿ ਦੇਖ ਲਓ ਬਾਈ WB ਲਿਖਿਆ ਹੋਇਆ ਐਗਜੈਕਟ ਮਤਲਬ ਲੋਗੋ ਹੋਣਾ, ਪਰ ਅੰਦਰ ਆਪਾਂ ਜਾ ਨਹੀਂ ਸਕਦੇ ਕਿਉਂਕਿ ਸਾਡੀ ਹੈਸੀਅਤ ਨਹੀਂ ਅੰਦਰ ਜਾਂਦੀ, ਉੱਥੇ ਬਣਾਵਾਂਗੇ ਕਿਸੇ ਦਿਨ ਜਿਹੜਾ ਐਕਟਰ ਉਹੀ ਜਾ ਸਕਦੇ ਨੇ ਹੋਰ ਕੋਈ ਨਹੀਂ, ਵੱਡੇ ਵੱਡੇ ਮਸ਼ਹੂਰ ਲੋਕ। -27 ਡਿਗਰੀ ਟੈਂਪਰੇਚਰ ਹੋਇਆ ਪਿਆ, ਆਹ ਚਾਚਾ ਜੀ ਅਤੇ ਆਹ ਲਾਈਟ ਆ ਕੁਛ ਕਿ ਅੰਦਰ ਚੱਲਦੇ ਹਾਂ ਚਰਚ ਪੂਰੀ। ਹਾਂ ਅਤੇ ਚਲੋ ਠੀਕ ਹੈ ਜੀ, ਮਿਲਦੇ ਹਾਂ ਤੁਹਾਨੂੰ, ਸਟਾਰਟ ਹੋ ਗਿਆ ਆ, ਅੰਦਰ ਚੱਕ ਕੇ ਤੁਹਾਨੂੰ ਦੱਸਦੇ ਹਾਂ ਕੀ ਹੁੰਦਾ ਕੀ ਨਹੀਂ। ਚੰਗਾ ਜੀ, ਅਨਾਊਂਸਮੈਂਟ ਤਾਂ ਹੋਈ ਜਾਂਦੀ ਜੀ, ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ, ਆਹ ਲਾਈਨ ਦੇ ਆਪਾਂ ਫਿਰ ਵੀ ਤੁਹਾਨੂੰ ਦੱਸਾਂਗੇ ਮਾੜਾ ਮੋਟਾ ਕਰਕੇ ਜੇ ਹੋਈ ਤਾਂ। ਆਪਾਂ ਆਏ ਹੋਏ ਚਰਚ ਦੇ ਅੰਦਰ ਤਾਂ 15 ਮਿੰਟਸ ਲਈ ਜਿਹੜਾ ਹੈ ਕਿ ਸਾਨੂੰ ਅਲਾਊਡ ਹੈਗਾ ਕਿ ਆਪਾਂ ਫੋਟੋ ਖਿੱਚ ਸਕਦੇ ਹਾਂ ਜਾਂ ਵੀਡੀਓਗ੍ਰਾਫੀ ਬਣਾ ਸਕਦੇ ਹਾਂ, ਉਹਦੇ ਬਾਅਦ ਅਲਾਊਡ ਨਹੀਂ ਹੈਗਾ ਕਿਉਂਕਿ ਸ਼ੋਅ ਜਿਹੜਾ ਹੈ ਉਹ ਸ਼ੁਰੂ ਹੋ ਜਾਣਾ। ਅਤੇ ਮੈਨੂੰ ਲੱਗਦਾ ਕਿ ਸ਼ਾਇਦ ਆਮ ਨੋਟ ਸ਼ੋਰ ਬਟ ਜੀਸਸ ਦੇ ਬਾਰੇ ਵਿੱਚ, ਜੀਸਸ ਦੀ ਜਿਹੜੀ ਜੀਵਨੀ ਹੈਗੀ ਹੈ ਸ਼ਾਇਦ ਉਹਨਾਂ ਨੇ ਉਹੀ ਵੀਡੀਓਗ੍ਰਾਫੀ ਦੇ ਰਾਹੀਂ ਸਾਨੂੰ ਦੱਸਣੀ ਆ। ਸਾਰੇ ਜਣੇ ਬਾਹਰ ਆ ਕੇ ਦੇਖ ਦੂ ਕੇ। ਹਾਂ ਬਈ, ਕਿੱਦਾਂ ਲੱਗਿਆ? ਬਹੁਤ ਵਧੀਆ ਸ਼ੋਅ ਸੀਗਾ, ਬਹੁਤ ਵਧੀਆ, ਸਾਰਿਆਂ ਨੂੰ ਇੱਕ ਵਾਰੀ ਟਰਾਈ ਕਰਨਾ ਚਾਹੀਦਾ। ਹਾਂ, ਲੇਜ਼ਰ ਸ਼ੋਅ ਆ, ਵਧੀਆ ਸ਼ੋਅ ਆ,
ਵਨ ਟਾਈਮ ਵੋਚ ਆ, ਦੁਬਾਰਾ ਨਹੀਂ ਤੁਸੀਂ ਆ ਕੇ ਕੁਝ ਕਰ ਸਕਦੇ ਇੱਥੇ, ਮਾਈਨਸ 35 ਡਿਗਰੀ, ਠੰਡ ਤਾਂ ਇੱਕ ਗੱਲ ਆ, ਵਨ ਟਾਈਮ ਵੋਚ ਆ ਅਤੇ ਇੱਕ ਵਾਰ ਆਓ ਜ਼ਰੂਰ ਦੇਖੋ, ਉਹ ਤੋਂ ਬਾਅਦ ਤੁਸੀਂ ਆਪੇ ਕਹੋਗੇ ਛੱਡ ਯਾਰ ਕੀ ਦੇਖਣਾ ਹੈਗੀ ਜੀ ਬਾਈ ਪੁਟੀਨ ਪੁਟੀਨ ਚਲੋ ਖਾ ਕੇ ਦੇਖਦੇ ਹਾਂ, ਠੀਕ ਹੈ ਜੀ ਆਪਾਂ ਪੁਟੀਨ ਟਰਾਈ ਕਰਦੇ ਹਾਂ ਅਤੇ ਦੇਖਦੇ ਹਾਂ ਕਿਵੇਂ ਦਾ ਆ, ਅਤੇ ਬਾਕੀ ਅੱਜ ਦਾ ਦਿਨ ਵਧੀਆ ਰਿਹਾ, ਆਪਾਂ ਮਿਲਦੇ ਹਾਂ ਤੁਹਾਨੂੰ ਜੀ ਨੈਕਸਟ ਵਲੌਗ ਵਿੱਚ, ਅੱਜ ਦੇ ਲਈ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਨੈਕਸਟ ਵਲੌਗ, ਬਾਏ ਬਾਏ।